ਲੋਕ ਸਭਾ ਚੋਣਾਂ 2019 ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਵੱਡਾ ਸਮਰਥਨ ਮਿਲ ਰਿਹਾ। ਪਿੰਡ ਰੇਤਗੜ੍ਹ ਦੇ ਵਿੱਚ ਯੁੱਧਵੀਰ ਸਿੰਘ ਰੇਤਗੜ੍ਹ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ, ਉਹਨਾਂ ਵੱਲੋਂ ਬਰੋਸ਼ਰ ਵੀ ਜਾਰੀ ਕੀਤਾ ਜਾਣਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਟ੍ਰੈਟਜੀ ਹੈਗੀ ਹੈ ਜਿਹੜੀ ਬਣਾਈ ਹੈਗੀ ਵੋਟਿੰਗ ਦੇ ਲਈ। ਯੁੱਧਵੀਰ ਜੀ, ਸਵਾਗਤ ਹੈ ਦੈਨਿਕ ਸਵੇਰਾ 'ਤੇ। ਕਿਸ ਤਰ੍ਹਾਂ ਦੀ ਸਟ੍ਰੈਟਜੀ ਹੈਗੀ ਜਿਹੜੀ ਤਿਆਰ ਕੀਤੀ ਹੈ? ਅਸੀਂ ਤਾਂ ਜੀ ਕੋਈ ਸਟ੍ਰੈਟਜੀ ਤਾਂ ਨਹੀਂ, ਅਸੀਂ ਤਾਂ ਲੋਕਾਂ ਦੀ ਸੇਵਾ ਹਮੇਸ਼ਾ ਲੋਕਾਂ 'ਚ ਹੀ ਰਹਿੰਦਾ ਜੀ, ਲੋਕਾਂ ਦੇ ਹਰ ਦੁੱਖ ਸੁੱਖ 'ਚ ਜਾਈਦਾ। ਅਤੇ ਕੋਈ ਸਾਨੂੰ ਕੋਈ ਇਲੈਕਸ਼ਨ ਟਾਈਮ ਇਹ ਨਹੀਂ ਕੋਈ ਖਾਸ ਟਾਈਮ ਆ ਸਾਡੇ ਲਈ, ਹਮੇਸ਼ਾ ਇਸੇ ਤਰ੍ਹਾਂ ਹੀ ਰਹਿੰਦਾ ਜੀ, ਹਰ ਟਾਈਮ ਵਿਚਰਦੇ ਰਹਿੰਦਾ। ਅਤੇ ਲੋਕ ਪਿਆਰ ਕਰਦੇ ਨੇ, ਉਹਨਾਂ ਦੀ ਹਰ ਇੱਕ ਦੁੱਖ ਤਕਲੀਫ ਸੋਲਵ ਕਰੀਦੀ ਹੈ ਜੀ, ਜਿੰਨੇ ਕੁ ਜੋਗੇ ਹੈਗੇ ਹਾਂ। ਅਤੇ ਬਾਕੀ ਕਾਂਗਰਸ ਤੋਂ ਜਿੰਨਾ ਅਸੀਂ ਲਿਆ ਸਕਦੇ ਹਾਂ ਜੀ, ਫੈਸਿਲਿਟੀਜ਼ ਅਸੀਂ ਸੜਕ ਬਣਵਾਈ ਹੈ ਆਪਣੀ 18 ਫੀਟ, ਜਿੰਨਾ ਕਰ ਸਕਦੇ ਜੀ। ਹੁਣ ਸਕੂਲ ਹੈ ਸਾਡਾ, ਉਹ ਅਪਗ੍ਰੇਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਤੁਹਾਡੀ ਲੋਕਾਂ ਦੇ ਵਿੱਚ ਕਾਫੀ ਛਵੀ ਹੈਗੀ ਹੈ ਕਿਉਂਕਿ ਤੁਸੀਂ ਸ਼ਾਹੀ ਪਰਿਵਾਰ ਨਾਲ ਰਿਲੇਸ਼ਨ ਰੱਖਦੇ ਹੋ, ਤੁਸੀਂ ਸਮਰਥਨ ਦਿੱਤਾ ਹੈਗਾ ਕਾਂਗਰਸ ਨੂੰ ਬੜੇ ਵੱਡੇ ਪੱਧਰ ਦੇ ਉੱਤੇ। ਜਿਹੜੇ ਲੋਕ ਹੈਗੇ ਨੇ, ਲੋਕ ਕਿਸ ਤਰ੍ਹਾਂ ਦੇ ਜਿਹੜੇ ਕੰਮ ਨੇ ਜਿਹੜੇ ਚਾਹੁੰਦੇ ਨੇ ਕਿ ਉਹ ਹੋਣ ਔਰ ਕਾਂਗਰਸ ਨੂੰ ਸਪੋਰਟ ਕਰ ਰਹੇ ਨੇ? ਜ਼ਿਆਦਾ ਤਾਂ ਜੀ ਬੇਸਿਕ ਫੈਸਿਲਿਟੀਜ਼ ਨੇ ਇਹਨਾਂ ਨਾਲ, ਸਕੂਲਸ ਦੀ ਬੜੀ ਦਿੱਕਤ ਆ ਜੀ, ਸੜਕਾਂ ਦੀ ਦਿੱਕਤ ਆ, ਡਰਿੰਕਿੰਗ ਵਾਟਰ ਦੀ ਦਿੱਕਤ ਆ, ਬੇਸਿਕ ਅਜੇ ਆਪਣੇ ਪ੍ਰੋਬਲਮ ਨੇ ਜਿਹੜੀਆਂ ਅਜੇ ਮਤਲਬ ਨਹੀਂ ਪੰਜਾਬ 'ਚ ਅਜੇ ਸੋਲਵ ਨਹੀਂ ਹੋਈਆਂ। ਅਤੇ ਅਸੀਂ ਉਹਨਾਂ 'ਤੇ ਬੇਸਿਕ ਇਨਫਰਾਸਟ੍ਰਕਚਰ 'ਤੇ ਹੀ ਧਿਆਨ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਸਾਡੇ ਨਾਲ ਇੱਥੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੀ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਉਹਨਾਂ ਵੱਲੋਂ ਇੱਕ ਬਰੋਸ਼ਰ ਤਿਆਰ ਕੀਤਾ ਗਿਆ ਹੈਗਾ ਕਾਂਗਰਸ ਦੇ ਲਈ, ਸ਼੍ਰੀ ਕੇਵਲ ਢਿੱਲੋਂ ਹੈਗੇ ਜਿਹੜੇ ਉਮੀਦਵਾਰ ਹੈਗੇ ਨੇ ਸੰਗਰੂਰ ਤੋਂ, ਉਹਨਾਂ ਦੇ ਲਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਜਿਹੜੀਆਂ ਉਹਨਾਂ ਵੱਲੋਂ ਇਹ ਬਰੋਸ਼ਰ ਦੇ ਵਿੱਚ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਕੀਤੀਆਂ ਗਈਆਂ ਨੇ, ਕਿਉਂਕਿ ਲੋਕਾਂ ਦੇ ਲਈ ਤਿਆਰ ਕੀਤਾ ਗਿਆ, ਤਾਂ ਕੀ ਕਹਿਣਾ ਉਹਨਾਂ ਦਾ? ਸੰਧੂ ਸਾਹਿਬ, ਕੀ ਬਰੋਸ਼ਰ ਦੇ ਵਿੱਚ ਕੀ ਕੁਝ ਤਿਆਰ ਕੀਤਾ ਗਿਆ? ਹਲਕਾ ਸੰਗਰੂਰ ਦੇ ਸਾਡੇ ਬਹੁਤ ਹੀ ਹਰਮਨ ਪਿਆਰੇ ਕਾਂਗਰਸ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਿਰ ਕੱਢਵੇਂ ਇਸ ਮਾਲਵੇ ਪਾਵਨ ਧਰਤੀ ਦੇ ਨੌਜਵਾਨ ਸਿਆਣਿਆਂ ਦੀ ਦਿਲਾਂ ਦੀ ਧੜਕਣ ਸਰਦਾਰ ਕੇਵਲ ਸਿੰਘ ਢਿੱਲੋਂ ਮੈਦਾਨ ਦੇ ਵਿੱਚ ਪੂਰੇ ਉਤਰ ਚੁੱਕੇ ਨੇ, ਔਰ ਅੱਜ ਸਰਦਾਰ ਯੁੱਧਵੀਰ ਸਿੰਘ ਰੇਤਗੜ੍ਹ ਪਿੰਡ ਵਿਖੇ ਇੱਕ ਵਿਸ਼ਾਲ ਇਕੱਠ ਕਰਕੇ ਉਹਨਾਂ ਦਾ ਇੱਕ ਨਿੱਘਾ ਸਵਾਗਤ ਕੀਤਾ ਹੈ, ਔਰ ਸਾਰਿਆਂ ਨੇ ਇਹੀ ਪ੍ਰੇਰਣਾ ਲਈ ਹੈ ਵੀ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਤਾ ਕੇ ਹਲਕਾ ਸੰਗਰੂਰ ਤੋਂ ਪਾਰਲੀਮੈਂਟ ਦੀ ਨਾਮਜ਼ਦਗੀ ਕਰਨ ਲਈ ਏਸੀ ਅਤੇ ਸਰ ਯੁੱਧਵੀਰ ਸਿੰਘ ਹੋਣਾ ਦੇ ਸਹਿਯੋਗ ਨਾਲ ਆਹ ਇੱਕ ਬਰੋਸ਼ਰ ਮੈਂ ਬਤੌਰ ਵਕੀਲ ਇਹ ਤਿਆਰ ਕੀਤਾ ਹੈ। ਅਸੀਂ ਇਹਨੂੰ ਅੱਜ ਇੱਥੋਂ ਜਾਰੀ ਕਰਕੇ ਸਾਰੇ ਹਲਕੇ ਦੇ ਵਿੱਚ ਪ੍ਰਚਾਰ ਸ਼ੁਰੂ ਕਰ ਰਹੇ ਹਾਂ ਕਿ ਤੁਹਾਡੇ ਇੱਕ ਬਹੁਤ ਹੀ ਉਦਯੋਗਪਤੀ, ਪੜ੍ਹੇ ਲਿਖੇ ਔਰ ਕਿਸਾਨਾਂ ਦੇ ਹਿੱਤ ਔਰ ਕਿਸਾਨ ਦਾ ਬੜੇ ਅੱਛੇ ਕਿਸਾਨ ਦੇ ਲੜਕੇ ਸਰਦਾਰ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਨੇ ਪੰਜਾਬ ਸੂਬੇ ਦਾ ਨਾਮ ਆਪਣੇ ਕਾਰਜਕਾਰਾਂ ਕਰਕੇ ਆਲਰੇਡੀ ਬਹੁਤ ਉੱਪਰ ਤੱਕ ਪਹੁੰਚਾਇਆ ਹੈ, ਉਹ ਇੱਕ ਬਹੁਤ ਹੀ ਸੂਟੇਬਲ ਕੈਂਡੀਡੇਟ ਨੇ, ਔਰ ਸਤਿਕਾਰਯੋਗ ਸਾਡੇ ਸੂਬੇ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਰੀਬੀ ਦੋਸਤ ਨੇ ਉਹਨਾਂ ਨੂੰ ਸਮਰਥਕ, ਕੈਪਟਨ ਅਮਰਿੰਦਰ ਸਿੰਘ ਜੀ ਦਾ ਨਿੱਜੀ ਹੈ, ਔਰ ਜਿਸ ਤਰ੍ਹਾਂ ਕੱਲ੍ਹ ਸੁਨਾਮ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਰੈਲੀ 'ਤੇ ਆ ਰਹੇ ਨੇ, ਇਹ ਪ੍ਰੇਰਣਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਸੰਗਰੂਰ ਹਲਕੇ ਦੇ ਸਾਰੇ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਸਹਿਯੋਗ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸੰਧੂ ਸਾਹਿਬ, ਇੱਕ ਗੱਲ ਹੋਰ ਹੈਗੀ ਹੈ, ਇੱਕ ਜਾਣਨਾ ਚਾਹਾਂਗੇ, ਸੰਗਰੂਰ ਹਲਕੇ ਦੇ ਵਿੱਚ ਬੜੀ ਫਸਵੀਂ ਟੱਕਰ ਹੈਗੀ ਆ, ਭਗਵੰਤ ਮਾਨ ਵੀ ਨੇ ਜਿਹੜੇ ਉਹ ਵੀ ਮੈਦਾਨ ਦੇ ਵਿੱਚ ਨੇ, ਤਾਂ ਕਿਸ ਤਰ੍ਹਾਂ ਦਾ ਸਮਰਥਨ ਹੈਗਾ ਜਿਹੜਾ ਢਿੱਲੋਂ ਸਾਹਿਬ ਨੂੰ ਮਿਲ ਰਿਹਾ? ਇਸ ਤਰ੍ਹਾਂ ਹੈਗਾ ਜੀ, ਹਰੇਕ ਪੋਲੀਟੀਕਲ ਪਾਰਟੀ ਦਾ ਰਾਈਟ ਹੈ, ਇੱਕ ਫੰਡਾਮੈਂਟਲ ਰਾਈਟ ਹੈ, ਬੀਇੰਗ ਅਗਰੈਸਿਵ, ਲੋਕਾਂ ਕੋਲ ਵੋਟਾਂ ਲਈ ਹਰੇਕ ਕੈਂਡੀਡੇਟ ਜਾਂਦਾ ਆ। ਪਰ ਇੱਕ ਗੱਲ ਜੋ ਹੁਣ ਇੰਨੇ ਦਿਨਾਂ ਦੀ ਕੈਂਪੇਨ ਦੇ ਵਿੱਚ ਸਾਹਮਣੇ ਆਈ ਹੈ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਨਾਲ ਪਿੰਡਾਂ 'ਚੋਂ ਲੋਕ ਦਿਲੋਂ ਜੁੜੇ ਨੇ। ਅੱਜ ਦੇਖੋ ਇੰਨੀ ਗਰਮੀ ਦੇ ਵਿੱਚ ਕਣਕਾਂ ਦੀ ਵਾਢੀਆਂ ਦਾ ਕਾਰਜ ਚੱਲਦੇ ਹੋਏ ਜਿਹੜੇ ਲੋਕ ਆਏ ਨੇ ਉਹ ਦਿਲੋਂ ਆਏ ਨੇ। ਇੱਥੋਂ ਇਹ ਬੜਾ ਸਾਫ ਜ਼ਾਹਿਰ ਹੁੰਦਾ ਹੈ ਵੀ ਲੋਕਾਂ ਦੇ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਲਈ ਇੱਕ ਸਮਰਥਨ ਅਤੇ ਪਿਆਰ ਹੈ। ਸੋ ਤੁਹਾਨੂੰ ਦੱਸ ਦਈਏ ਕਿ
सरदार युद्धवीर सिंह रेतगढ़ और एडवोकेट हरप्रीत सिंह संधू वालों प्रोग्राम करवाया गया, जिस दे विच एक ब्रोशर भी जारी किया गया। तुहानू दस दिए कि बहुत ही पुराना परिवार हैगा, तुहानू दिखाउण दी कोशिश करदे हैं इन्हां दी जिहड़ी पुरातन हवेली हैगी है, जिथे अज भी इन्हां ने जिहड़ा अपना सभ्याचार हैगा उस नूं समेट के रख्या होया। इत्थे कोई भी बदलाव नहीं किया गया, लेकिन अज रेतगढ़ दे विच वड्डा जिहड़ा सन्मान हैगा, वड्डा इकट्ठ होया हैगा, ये सरदार केवल सिंह ढिल्लों जो कि कांग्रेस के उम्मीदवार हैगे ने संगरूर तो, उन्हां दी जिहड़ी चोण मुहिम हैगा उसनों वड्डा हुंगारा दिंदा नज़र आ रहा। बहरहाल सरदार केवल सिंह ढिल्लों नाल भी गलबात करांगे की कहना उन्हां दा चोणां नूं लैके, किस तरह का जिहड़ा हुंगारा हैगा वो संगरूर दे विचों मिल रहा, क्योंकि संगरूर दे विच बड़ी फसमी टक्कर हैगी आ, पर फिर भी जिहड़ा लोग हैगे ने वह काफ़ी ज़्यादा कांग्रेस के हक दे विच भुगतदे नज़र आ रहे हैं। संगरूर तो कैमरामैन अजय दे नाल अवतार गिल, दैनिक सवेरा।